ਸਿੱਖਿਆ ਵਿਭਾਗ ਪੰਜਾਬ ਇੱਕ ਵਾਰੀ ਫਿਰ 7ਵੀਂ ਜਮਾਤ ਦੇ ਸਮੂਹ ਵਿਦਿਆਰਥੀ ਦਰਸ਼ਕਾਂ ਦਾ ਇਸ ਚੈਨਲ ਤੇ ਹਾਰਦਿਕ ਸਵਾਗਤ ਕਰਦਾ ਹੈ। ਪਿਆਰੇ ਵਿਦਿਆਰਥੀਓ, ਆਪਾਂ ਗੱਲ ਕਰ ਰਹੇ ਸੀ ਵਾਤਾਵਰਨ ਦੇ ਬਾਰੇ ਕਿ ਵਾਤਾਵਰਨ ਕਿਵੇਂ ਬਦਲਦਾ ਰਿਹਾ ਹੈ, ਕਿਹੜੀਆਂ ਕਿਹੜੀਆਂ ਸ਼ਕਤੀਆਂ ਵਾਤਾਵਰਨ ਦੇ ਬਦਲਣ ਦੇ ਵਿੱਚ ਸਹਾਈ ਹੋਈਆਂ ਨੇ। ਅਤੇ ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮਨੁੱਖ ਨੇ ਵੀ ਵਾਤਾਵਰਨ ਦੇ ਬਦਲਣ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਮਨੁੱਖ ਦੀ ਬੁੱਧੀ, ਮਨੁੱਖ ਦੀ ਸੋਚ ਅਤੇ ਤਕਨੀਕੀ ਵਿਕਾਸ ਨੇ, ਜਿਵੇਂ ਕਿ ਤੁਸੀਂ ਪਹਿਲਾਂ ਸਾਰੇ ਜਾਣਦੇ ਹੋ, ਪਹਿਲਾਂ ਆਦੀ ਮਾਨਵ ਜੋ ਹੈ ਜੰਗਲਾਂ ਵਿੱਚ ਰਹਿੰਦਾ ਸੀ ਔਰ ਮਾਸ ਪੱਤੇ ਵਗੈਰਾ ਖਾ ਕੇ ਗੁਜ਼ਾਰਾ ਕਰਦਾ ਸੀ। ਅਤੇ ਹੌਲੀ ਹੌਲੀ ਜਿਵੇਂ ਜਿਵੇਂ ਉਸਨੂੰ ਬਟਾ ਸੋਝੀ ਆਈ ਔਰ ਹੌਲੀ ਹੌਲੀ ਕੋਸ਼ਿਸ਼ ਕਰਕੇ ਆਪਾਂ ਅੱਜ ਦੇਖੋ ਕਿੰਨੀ ਤਰੱਕੀ ਕਰ ਲਈ ਹੈ। ਅਤੇ ਆਓ ਮੈਂ ਤੁਹਾਨੂੰ ਬਟਾ ਪਹਿਲਾਂ ਦਿਖਾਉਂਦਾ ਹਾਂ ਕਿ ਪਹਿਲੇ ਵਾਲਾ ਜੋ ਮਨੁੱਖ ਹੈ ਉਹ ਕਿਵੇਂ ਸੀ ਔਰ ਫਿਰ ਕਿਵੇਂ ਹੌਲੀ ਹੌਲੀ ਕਰਕੇ ਜੋ ਹੈ ਤਰੱਕੀ ਕਰਦੇ ਹੋਏ ਆਪਾਂ ਅੱਜ ਵਰਤਮਾਨ ਜੋ ਹੈ ਸਟੇਜ ਉੱਪਰ ਪਹੁੰਚੇ ਹਾਂ ਤੁਹਾਡੇ ਸਾਹਮਣੇ। ਇਹ ਦੇਖੋ ਬੇਟਾ, ਇਹ ਜਿਹੜਾ ਮਨੁੱਖੀ ਜੋ ਹੈ ਆਦੀ ਮਾਨਵ ਜੋ ਹੈ ਇਸ ਤਰ੍ਹਾਂ ਜੰਗਲਾਂ ਵਿੱਚ ਰਹਿੰਦਾ ਸੀ ਔਰ ਜੋ ਕੁਛ ਉਹਨੂੰ ਜੰਗਲ ਵਿੱਚ ਮਿਲਦਾ ਇਸ ਤਰ੍ਹਾਂ ਦੇਖੋ ਜਾਨਵਰਾਂ ਦਾ ਸ਼ਿਕਾਰ ਕਰਕੇ, ਅਤੇ ਕੱਪੜੇ ਕੁਪੜੇ ਦੇ ਨਾਮ ਦੇ ਤਾਂ ਪਾਉਣ ਵਾਸਤੇ ਕੁਛ ਹੈ ਨਹੀਂ ਸੀ ਇਹਨਾਂ ਕੋਲ, ਕਿਉਂਕਿ ਉਦੋਂ ਇੰਨੀ ਉਹਨਾਂ ਦੀ ਬੁੱਧੀ ਵਿਕਸਿਤ ਨਹੀਂ ਹੋਈ ਸੀ। ਅਤੇ ਫਿਰ ਜਿਵੇਂ ਜਿਵੇਂ ਬੁੱਧੀ ਦਾ ਵਿਕਾਸ ਹੋਇਆ, ਇੱਕ ਜਗ੍ਹਾ 'ਤੇ ਰਹਿਣਾ ਸ਼ੁਰੂ ਕੀਤਾ, ਫਸਲਾਂ ਵਗੈਰਾ ਬੇਟਾ ਬੀਜਣੀਆਂ ਸ਼ੁਰੂ ਕੀਤੀਆਂ। ਅਤੇ ਜਦੋਂ ਬੇਟਾ ਫਿਰ ਫਸਲਾਂ ਬੀਜਣੀਆਂ ਸ਼ੁਰੂ ਕੀਤੀਆਂ ਤਾਂ ਇਹ ਜ਼ਰੂਰੀ ਬਣ ਗਿਆ ਕਿ ਇੱਕ ਜਗ੍ਹਾ 'ਤੇ ਉੱਪਰ ਰਹਿਣਾ ਪਏਗਾ, ਕਿਉਂਕਿ ਪਹਿਲੇ ਤਾਂ ਜੋ ਹੈ ਆਦੀ ਮਾਨਵ ਦਾ ਜੀਵਨ ਟੱਪਰੀ ਵਾਸ ਦਾ ਸੀ। ਟੱਪਰੀ ਵਾਸ ਕਹਿ ਲਓ ਜਾਂ ਖਾਨਾ ਬਦੋਸ਼ ਕਹਿ ਲਓ, ਖਾਨਾ ਬਦੋਸ਼ ਬੇਟਾ ਹੁੰਦਾ ਹੈ ਕਿ ਜਿਹੜੇ ਮਨੁੱਖ ਇੱਕ ਜਗ੍ਹਾ 'ਤੇ ਸਥਾਈ ਨਿਵਾਸ ਨਹੀਂ ਕਰਦੇ ਅਸੀਂ ਉਹਨਾਂ ਨੂੰ ਖਾਨਾ ਬਦੋਸ਼ ਕਹਿੰਦੇ ਹਾਂ ਜਾਂ ਟੱਪਰੀ ਵਾਸ ਕਹਿੰਦੇ ਹਾਂ। ਅਤੇ ਬਿਲਕੁਲ ਜੋ ਹੈ ਪਹਿਲੇ ਆਦੀ ਮਾਨਵ ਸੀ ਬੇਟਾ, ਉਹਦਾ ਜੋ ਨਿਵਾਸ ਉਹ ਟੱਪਰੀ ਵਾਸ ਹੀ ਹੈਗਾ ਸੀ। ਪਰ ਜਿਵੇਂ ਜਿਵੇਂ ਸਮਾਂ ਬੀਤਿਆ ਬੇਟਾ, ਜਿਵੇਂ ਜਿਵੇਂ ਉਹਨੂੰ ਸੋਝੀ ਆਈ ਅਤੇ ਹੌਲੀ ਹੌਲੀ ਉਹਨੇ ਜੋ ਹੈ ਆਪਣੇ ਖਾਣ ਪੀਣ ਵਾਸਤੇ ਫਸਲਾਂ ਵਗੈਰਾ ਦਾ ਪ੍ਰਬੰਧ ਕੀਤਾ, ਅਤੇ ਹੁਣ ਫਸਲਾਂ ਦੀ ਰਾਖੀ ਵਾਸਤੇ ਬੇਟਾ ਇੱਕ ਜਗ੍ਹਾ 'ਤੇ ਟਿਕ ਕੇ ਰਹਿਣਾ ਜ਼ਰੂਰੀ ਸੀ। ਸੋ ਇਸ ਦੇ ਨਾਲ ਹੀ ਜੋ ਹੈ ਆਪਣੇ ਢਾਣੀਆਂ ਦੀ, ਪਿੰਡਾਂ ਦੀ ਬੇਟਾ ਹੌਲੀ ਹੌਲੀ ਕਸਬਿਆਂ ਦੀ ਸ਼ੁਰੂਆਤ ਹੋਈ, ਇਹ ਤੁਹਾਡੇ ਸਾਹਮਣੇ। ਅਤੇ ਆਦੀ ਮਾਨਵ ਨੇ ਬੇਟਾ ਜੋ ਝੋਂਪੀਆਂ ਵਗੈਰਾ ਬਣਾਉਣੀਆਂ ਸ਼ੁਰੂ ਕੀਤੀਆਂ, ਅਤੇ ਹੌਲੀ ਹੌਲੀ ਦੇਖੋ ਜਿਵੇਂ ਜਿਵੇਂ ਆਪਾਂ ਅਪਗ੍ਰੇਡ ਕਰਦੇ ਰਹੇ, ਉਹ ਦੇਖੋ ਕਿੱਥੋਂ ਤੱਕ ਪਹੁੰਚ ਗਏ ਹੈਗੇ ਹਾਂ ਕਿ ਅੱਜ ਸਾਡੇ ਕੋਲ ਸਫ਼ਰ ਕਰਨ ਵਾਸਤੇ ਸੁਪਰਫਾਸਟ ਟ੍ਰੇਨਸ ਹੈਗੀਆਂ ਨੇ ਬੇਟਾ, ਐਰੋਪਲੇਨਸ ਹੈਗੇ ਨੇ। ਤੁਸੀਂ ਸਾਰੇ ਬੇਟਾ ਜਾਣਦੇ ਹੋ ਬੱਚੇ ਕਿ ਜੋ ਆਵਾਜਾਈ ਦਾ ਸਭ ਤੋਂ ਤੇਜ਼ ਸਾਧਨ ਹੈ ਉਹ ਸਾਡਾ ਹਵਾਈ ਸਾਧਨ ਹੈ। ਅਤੇ ਆਪਣੇ ਭਾਰਤ ਦੇ ਵਿੱਚ ਬੇਟਾ ਜੋ ਹੈ ਸੜਕਾਂ ਨੇ, ਰੇਲਾਂ ਨੇ, ਹਵਾਈ ਮਾਰਗ ਨੇ, ਤਾਂ ਇਸ ਤਰ੍ਹਾਂ ਜੋ ਹੈ ਅਸੀਂ ਪੂਰਾ ਜਿਹੜਾ ਸੰਸਾਰ ਹੈ ਬੇਟਾ ਉਹ ਤਰੱਕੀ ਕਰਦਾ ਗਿਆ। ਤਾਂ ਇਹਦੇ ਵਿੱਚ ਮੇਨ ਜੋ ਹੈ ਤਿੰਨ ਗੱਲਾਂ ਨੇ ਬੇਟਾ, ਇੱਕ ਹੈ ਜੋ ਹੈ ਟਰਾਂਸਪੋਰਟ ਔਰ ਇੱਕ ਕਮਿਊਨੀਕੇਸ਼ਨ, ਇੱਕ ਜੋ ਹੈ ਮਨੁੱਖ ਦੇ ਦੂਸਰੇ ਮਨੁੱਖ ਦੇ ਨਾਲ ਵਿਚਾਰ ਸਾਂਝੇ ਕਰਨੇ, ਇੱਕ ਦੇਸ਼ ਨੇ
ਦੂਸਰੇ ਦੇਸ਼ਾਂ ਦੇ ਲੋਕਾਂ ਦੇ ਨਾਲ ਵਿਚਾਰ ਸਾਂਝੇ ਕਰਨੇ, ਆਦਾਨ ਪ੍ਰਦਾਨ ਕਰਨਾ, ਔਰ ਇਹਦਾ ਬੇਟਾ ਬਹੁਤ ਫਾਇਦਾ ਹੁੰਦਾ ਹੈ। ਔਰ ਦੇਖੋ ਤੁਹਾਡੇ ਸਾਹਮਣੇ ਬੇਟਾ ਕਿ ਕਿਸ ਤਰ੍ਹਾਂ ਹੁਣ, ਪਹਿਲਾਂ ਦੇਖੋ ਤੁਸੀਂ ਸੁਣਿਆ ਹੋਊਗਾ ਆਪਣੇ ਵੱਡੇ ਵਡੇਰਿਆਂ ਕੋਲੋਂ, ਬਜ਼ੁਰਗਾਂ ਕੋਲੋਂ, ਕਿ ਜਦੋਂ ਕਿਸੇ ਨੂੰ ਲਿਖਣਾ ਵੀ ਨਹੀਂ ਆਉਂਦਾ ਸੀ ਔਰ ਸਾਡੇ ਕੋਲ ਸੰਦੇਸ਼ ਭੇਜਣ ਵਾਸਤੇ ਕੋਈ ਸਾਧਨ ਵੀ ਨਹੀਂ ਹੁੰਦੇ ਸਨ, ਤਾਂ ਹੌਲੀ ਹੌਲੀ ਆਪਣੇ ਪਹਿਲਾਂ ਬੇਟਾ ਕਬੂਤਰਾਂ ਦੀ ਜਿਹੜੀ ਹੈ ਮਦਦ ਲਈ ਜਾਂਦੀ ਸੀ, ਕੋਈ ਥੋੜ੍ਹਾ ਬਹੁਤ ਉੱਪਰ ਲਿਖ ਕੇ ਅਤੇ ਕਬੂਤਰ ਨੂੰ ਕਹਿਣਾ ਵੀ ਜਾ ਉਹਦੇ ਕੋਈ ਪੈਰ ਦੇ ਵਿੱਚ ਕੋਈ ਨਿਸ਼ਾਨੀ ਪਾ ਕੇ ਵਿੱਚ ਉਹਨੂੰ ਦੇ ਕੇ ਆ। ਅਤੇ ਕਈ ਤੁਸੀਂ ਬੇਟਾ ਸੌਂਗ ਵਗੈਰਾ ਵੀ ਸੁਣੇ ਹੋਏ ਨਾ ਆਪਣੇ ਫਿਲਮਾਂ ਦੇ ਵਿੱਚ, ਆਪਣੇ ਜਿਹੜੇ ਜੋ ਧਾਰਮਿਕ ਸੱਭਿਆਚਾਰ ਦੇ ਵਿੱਚ, ਅਤੇ ਜਿਵੇਂ ਕਬੂਤਰ ਜਾ 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 ਉਹ ਕਰਕੇ। ਲੇਕਿਨ ਫਿਰ ਉਸ ਤੋਂ ਬਾਅਦ ਬੇਟਾ ਜੋ ਹੈ ਚਿੱਠੀ ਪੱਤਰ ਸ਼ੁਰੂ ਹੋਏ, ਡਾਕਖਾਨੇ ਖੁੱਲ੍ਹੇ, ਟੈਲੀਗ੍ਰਾਮ ਸਾਡੇ ਕੋਲ ਸ਼ੁਰੂ ਹੋਈਆਂ, ਉਸ ਤੋਂ ਬਾਅਦ ਸਾਡੇ ਘਰਾਂ 'ਚ ਟੈਲੀਫੋਨ ਆ ਗਏ, ਅਤੇ ਅੱਜ ਦੇਖੋ ਸਾਡੇ ਹਰ ਇੱਕ ਜੋ ਹੈ ਵਿਅਕਤੀ ਦੇ ਕੋਲ ਲਗਭਗ ਜੋ ਹੈ ਮੋਬਾਈਲ ਜ਼ਰੂਰ ਹੈਗਾ। ਔਰ ਆਪਾਂ ਜਿੱਥੇ ਮਰਜ਼ੀ ਬੈਠੇ ਹਾਂ ਔਰ ਉੱਥੇ ਬੈਠ ਕੇ ਆਪਾਂ ਪੂਰੇ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਵਿਅਕਤੀ ਦੇ ਨਾਲ ਗੱਲ ਕਰ ਸਕਦੇ ਹੈਗੇ ਹਾਂ। ਦੇਖੋ ਹੈ ਨਾ ਕਿੰਨੀ ਹੈਰਾਨੀ ਵਾਲੀ ਗੱਲ। ਸੋ ਇਸ ਤਰ੍ਹਾਂ ਬੇਟਾ ਜੋ ਹੈ ਤਕਨੀਕ ਔਰ ਜੋ ਮਨੁੱਖ ਦੀ ਜੋ ਸੋਚ ਹੈ ਬੇਟਾ, ਉਸ ਨੇ ਪੂਰੇ ਜੋ ਹੈ ਸੰਸਾਰ ਨੂੰ ਇੱਕ ਗਲੋਬਲ ਪਿੰਡ ਬਣਾ ਕੇ ਰੱਖ ਦਿੱਤਾ ਬੇਟਾ। ਅੱਜ ਕੱਲ੍ਹ ਅਸੀਂ ਪੂਰੇ ਵਰਲਡ ਨੂੰ ਗਲੋਬਲ ਪਿੰਡ ਕਹਿੰਦੇ ਹਾਂ। ਇਹਦਾ ਮਤਲਬ ਇਹ ਹੈ ਕਿ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਅਗਰ ਕੋਈ ਵੀ ਘਟਨਾ ਵਾਪਰਦੀ ਹੈ, ਕੋਈ ਵੀ ਬੇਟਾ ਇਨੋਵੇਸ਼ਨ ਹੋਈ ਹੈ ਜਾਂ ਕੋਈ ਵੀ ਘਟਨਾ ਦੁਰਘਟਨਾ ਕੁਛ ਵੀ ਹੋਇਆ, ਅਤੇ ਜੋ ਸਾਨੂੰ ਉਹਦੀ ਖਬਰ ਮੀਡੀਆ ਦੇ ਰਾਹੀਂ ਪਲਾਂ ਵਿੱਚ ਹੀ ਬੇਟਾ ਮਿਲ ਜਾਂਦੀ ਹੈ। ਔਰ ਦੇਖੋ ਤੁਸੀਂ ਵੀ ਬੇਟਾ, ਆਪਾਂ ਅੱਜ ਕੱਲ੍ਹ ਇਹੀ ਸਿਸਟਮ ਯੂਜ਼ ਕਰ ਰਹੇ ਹਾਂ ਸਟੱਡੀ ਦੇ ਵਾਸਤੇ। ਔਰ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਬੇਟਾ ਜੋ ਬਿਲਡਿੰਗਾਂ ਬਣ ਗਈਆਂ ਨੇ ਸਾਡੇ ਵਾਸਤੇ, ਸੜਕਾਂ ਬਣ ਗਈਆਂ ਨੇ, ਔਰ ਇਹ ਜਿਹੜੇ ਸਾਰੇ ਪੱਕੇ ਰਿਹਾਇਸ਼ ਦੇ ਬੇਟਾ ਸਬੂਤ ਨੇ, ਠੀਕ ਹੈ ਜੀ। ਔਰ ਦੇਖੋ ਮਨੁੱਖ ਨੇ ਬੇਟਾ ਜੋ ਹੈ ਆਪਣੇ ਸਹੂਲੀਅਤ ਵਾਸਤੇ, ਆਪਣੇ ਕੰਫਰਟ ਵਾਸਤੇ ਦਰਿਆਵਾਂ ਤੱਕ ਦੇ ਮੂੰਹ ਮੋੜ ਦਿੱਤੇ ਬੇਟਾ, ਉੱਥੋਂ ਨਹਿਰਾਂ ਕੱਢ ਲਈਆਂ, ਜਿਵੇਂ ਸਵੇਜ਼ ਨਹਿਰ ਹੈ ਬੇਟਾ, ਪਨਾਮਾ ਨਹਿਰ ਹੈ, ਠੀਕ ਹੈ, ਤੁਹਾਨੂੰ ਮੈਂ ਉਹਦੇ ਬਾਰੇ ਵੀ ਬੇਟਾ ਦਿਖਾਊਂਗਾ। ਅਤੇ ਆਹ ਦੇਖੋ ਜਿਹੜੀਆਂ ਆਪਣੇ ਝੋਪੜੀਆਂ ਵਗੈਰਾ ਸੀ ਬੇਟਾ, ਹੁਣ ਉਹਨਾਂ ਦੀ ਜਗ੍ਹਾ ਆਲੀਸ਼ਾਨ ਮਕਾਨਾਂ ਨੇ ਲੈ ਲਈ ਹੈ। ਅਤੇ ਇਹ ਸਾਡੇ ਦੇਖੋ ਪਹਿਲੇ ਵਾਲੇ ਜੋ ਹੈ ਆਦਿ ਮਾਨਵ, ਔਰ ਜਿਵੇਂ ਜਿਵੇਂ ਇਹਨਾਂ ਦੀ ਬੇਟਾ ਸੋਝੀ ਆਉਂਦੀ ਗਈ, ਉਵੇਂ ਉਵੇਂ ਜਿਹੜਾ ਹੈ ਮਨੁੱਖ ਤਰੱਕੀ ਕਰਦਾ ਗਿਆ। ਇਹਨੇ ਅੱਗ ਦੀ ਖੋਜ ਕੀਤੀ ਬੇਟਾ, ਪਹੀਏ ਦੀ ਖੋਜ ਕੀਤੀ, ਅਤੇ ਹੌਲੀ ਹੌਲੀ ਜੋ ਹੈ ਉਹਦਾ ਦਿਮਾਗ ਵਿਕਸਿਤ ਹੁੰਦਾ ਗਿਆ। ਔਰ ਆਪਾਂ ਦੇਖੋ ਸਾਰੀਆਂ ਜੋ ਉਹਨੇ ਨਦੀਆਂ ਦੇ ਲਾਗੇ, ਦਰਿਆਵਾਂ ਦੇ ਲਾਗੇ ਸੱਭਿਅਤਾ ਦਾ ਬੇਟਾ ਵਿਕਾਸ ਹੋਇਆ, ਪਸ਼ੂ ਪਾਲਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ, ਆਹ ਸਾਰੇ ਦੇਖੋ ਗੋਦਾਮ ਟ੍ਰੇਡ ਵਪਾਰ ਕਰਨਾ ਬੇਟਾ ਸ਼ੁਰੂ ਕਰ ਦਿੱਤਾ, ਓਕੇ। ਔਰ ਉਸ ਆਹ ਦੇਖੋ ਹੁਣ ਆਪਾਂ ਕਿੰਨੇ ਮਤਲਬ ਜਿਹੜਾ ਹੈ ਆਵਾਜਾਈ ਵਪਾਰ ਮੈਨੂਫੈਕਚਰਿੰਗ ਕਾਰਖਾਨੇ ਸਾਡੇ ਕੋਲ ਲੱਗ ਗਏ ਬੇਟਾ, ਔਰ ਅਸੀਂ ਵੰਨ ਸਵੰਨੀਆਂ ਜਿਹੀਆਂ ਚੀਜ਼ਾਂ ਬਣਾਉਣ ਲੱਗ ਪਏ, ਔਰ ਨਾਲ ਹੀ ਜੋ ਹੈ ਮਨੁੱਖ ਨੇ ਆਪਦੇ ਪਰਮਾਨੈਂਟ ਬੇਟਾ ਨਿਵਾਸ ਬਣਾ ਲਏ ਇਸ ਧਰਤੀ ਦੇ ਉੱਪਰ। ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦਿਆਂ ਕਿ ਸਾਡੀ ਪੂਰੀ ਧਰਤੀ 'ਤੇ ਲਗਭਗ 700 ਕਰੋੜ ਦੇ ਆਬਾਦੀ ਹੈ ਬੇਟਾ, ਔਰ ਜਿਹਦੇ ਵਿੱਚ ਸਾਡੇ ਭਾਰਤ ਦੇ ਵਿੱਚ ਬੇਟਾ ਜੋ ਸਾਡਾ ਭਾਰਤ ਦੇਸ਼ ਹੈ ਉਹਦੇ ਵਿੱਚ ਹੀ ਇਕੱਲੇ ਸਾਡੇ ਭਾਰਤ ਦੇਸ਼ ਦੇ ਵਿੱਚ 130 ਕਰੋੜ ਦੇ ਲਗਭਗ ਆਬਾਦੀ ਹੈ ਬੇਟਾ। ਅਤੇ ਦੇਖੋ ਕਿੰਨੀ ਜ਼ਿਆਦਾ ਬੇਟਾ ਜੋ ਹੈ ਸਾਡੀ ਇਸ ਧਰਤੀ 'ਤੇ ਆਬਾਦੀ ਹੈ।
ਔਰ ਦੇਖੋ ਕਿੰਨੀਆਂ ਵਧੀਆ ਵਧੀਆ ਜੋ ਸਾਰੇ ਬਿਲਡਿੰਗਾਂ ਵਗੈਰਾ ਬਣ ਗਈਆਂ, ਆਹ ਸਾਰੇ ਸੈਟਲਮੈਂਟ ਹੋ ਗਈਆਂ। ਦੇਖੋ ਕਿੰਨੀਆਂ ਮਲਟੀ ਸਟੋਰੀਜ ਬਿਲਡਿੰਗਾਂ ਜੋ ਸਾਰੀਆਂ ਹੈਗੀਆਂ ਨੇ, ਸਿਵਲਾਈਜੇਸ਼ਨਸ ਹੋ ਗਈਆਂ। ਓਕੇ, ਅਤੇ ਮੈਂ ਤੁਹਾਨੂੰ ਬੇਟਾ ਦਿਖਾਉਣਾ ਹਾਂ ਸਵੇਜ਼ ਨਹਿਰ ਬਾਰੇ ਅਤੇ ਪਨਾਮਾ ਨਹਿਰ। ਬੇਟਾ ਦੋ ਤੁਹਾਡੇ ਇਸ ਲੈਸਨ ਦੇ ਵਿੱਚ ਜ਼ਿਕਰ ਆਉਂਦਾ ਹੈ, ਅਤੇ ਆਓ ਤੁਹਾਨੂੰ ਮੈਂ ਲੈ ਚੱਲਦਾ ਹਾਂ ਪਹਿਲਾਂ ਸਵੇਜ਼ ਨਹਿਰ ਦੇ ਉੱਪਰ। ਅਤੇ ਇਹ ਤੁਸੀਂ ਬੇਟਾ ਜਿਹੜਾ ਹੈ ਗਲੋਬ ਦੇਖ ਰਹੇ ਹੋ, ਇਹ ਆਪਣਾ ਭਾਰਤ ਹੈ, ਇਹ ਜੋ ਹੈ ਅਰਬ ਸਾਗਰ, ਅਤੇ ਇਹ ਜੋ ਹੈ ਲਾਲ ਸਾਗਰ। ਬੇਟਾ ਇਹ ਲਾਲ ਸਾਗਰ ਹੈ ਔਰ ਇਹ ਹੈ ਭੂਮੱਧ ਰੇਖਾ ਸਾਗਰ। ਤੋ ਜੋ ਸਵੇਜ਼ ਨਹਿਰ ਹੈ ਬੇਟਾ, ਇਹ ਦੋ ਸਾਗਰਾਂ ਨੂੰ ਆਪਸ ਦੇ ਵਿੱਚ ਮਿਲਾਉਂਦੀ ਹੈ। ਨੋਟ ਕਰ ਲਓ ਸਾਰੇ ਬੱਚੇ ਕਿਹੜੇ ਕਿਹੜੇ ਸਾਗਰ, ਆਹ ਵਾਲਾ ਲਾਲ ਸਾਗਰ ਅਤੇ ਇਹ ਭੂਮੱਧ ਰੇਖਾ ਸਾਗਰ। ਬੇਟਾ ਇਹਨਾਂ ਦੋਨਾਂ ਨੂੰ ਜੋ ਹੈ ਮਿਲਾਉਣ ਵਾਲੀ ਨਹਿਰ ਦਾ ਨਾਮ ਸਵੇਜ਼ ਨਹਿਰ। ਅਤੇ ਇਹ ਤੁਹਾਨੂੰ ਬੇਟਾ ਮੈਂ ਦੱਸ ਦਿਆਂ, ਇਹ ਜਿਹੜੀ ਨਹਿਰ ਹੈ ਨਾ, ਇਹ ਨੈਚੁਰਲ ਨਹੀਂ ਹੈ, ਮਤਲਬ ਕੁਦਰਤ ਵੱਲੋਂ ਇਹ ਨਹੀਂ ਬਣੀ ਹੋਈ, ਇਹਨੂੰ ਬਾਅਦ ਦੇ ਵਿੱਚ ਮਨੁੱਖ ਦੁਆਰਾ ਹੀ ਬਣਾਇਆ ਗਿਆ। ਅਤੇ ਆਹ ਦੇਖੋ ਇਹ ਆਪਣਾ ਭਾਰਤ ਬੇਟਾ, ਔਰ ਇਹ ਇੰਗਲੈਂਡ ਜਿੱਥੋਂ ਕਿ ਅੰਗਰੇਜ਼ ਸਾਡੇ 'ਤੇ ਰਾਜ ਕਰਦੇ ਸੀ, ਔਰ ਇਹ ਜੋ ਹੈ ਸਾਰਾ ਸਮਾਨ ਜੋ ਹੈ ਆਪਣੇ ਜਿਸ ਤਰ੍ਹਾਂ ਭਾਰਤ ਤੋਂ ਅਰਬ ਸਾਗਰ ਦੇ ਰਾਹੀਂ ਥੱਲੇ ਹਿੰਦ ਮਹਾਂਸਾਗਰ ਦੇ ਹੁੰਦੇ ਹੋਏ ਆ ਸਾਰਾ ਦੇਖੋ ਅਫਰੀਕਾ ਮਹਾਂਦੀਪ ਪਾਰ ਕਰਦੇ ਹੋਏ ਆ ਦੇਖੋ ਕਿੰਨਾ ਵੱਡਾ ਜਿਹੜਾ ਫਿਰ ਅੰਧ ਮਹਾਂਸਾਗਰ ਵਿੱਚ ਆਉਂਦੇ, ਅਤੇ ਫਿਰ ਜਾ ਕੇ ਉਹ ਆਪਣਾ ਜਿਹੜਾ ਸਮਾਨ ਹੈ ਇੰਗਲੈਂਡ ਤੱਕ ਪਹੁੰਚਦਾ ਸੀ। ਲੇਕਿਨ ਇਹ ਜਿਹੜੀ ਹੈ ਨਹਿਰ ਖੁੱਲ੍ਹਣ ਦੇ ਨਾਲ ਬੇਟਾ, ਇੰਗਲੈਂਡ ਨੂੰ ਜਿਹੜਾ ਸਮਾਨ ਹੈ ਭਾਰਤ ਵਿੱਚੋਂ ਮੰਗਾਉਣਾ ਅਤੇ ਭਾਰਤ ਵਿੱਚ ਭੇਜਣਾ ਬੜਾ ਆਸਾਨ ਹੋ ਗਿਆ, ਕਿਉਂਕਿ ਹੁਣ ਤਾਂ ਕੰਮ ਹੀ ਸਿੱਧਾ ਹੋ ਗਿਆ ਕਿ ਇੰਗਲੈਂਡ ਦੇ ਵਿੱਚੋਂ ਜੋ ਹੈ ਇਹਨਾਂ ਨੇ ਆਪਦੇ ਜਿਹੜੇ ਜਹਾਜ਼ ਸੀ ਬੇਟਾ ਇਹ ਭੂਮੱਧ ਰੇਖਾ ਸਾਗਰ 'ਚ ਪਾਣੇ, ਔਰ ਇੱਥੋਂ ਜਿਹੜੇ ਹੈ ਸਵੇਜ਼ ਨਹਿਰ ਦੀ ਰਾਹੀਂ ਆਹ ਲਾਲ ਸਾਗਰ ਦੇ ਵਿੱਚ ਆ ਜਾਣਾ, ਇੱਥੋਂ ਅਰਬ ਸਾਗਰ ਅਤੇ ਇਹ ਆਪਣਾ ਭਾਰਤ। ਅਤੇ ਤੁਹਾਨੂੰ ਹੈਰਾਨੀ ਹੋਏਗੀ ਕਿ ਸਵੇਜ਼ ਨਹਿਰ ਖੁੱਲ੍ਹਣ ਦੇ ਨਾਲ ਜਿਹੜਾ ਭਾਰਤ ਹੈ ਇਹ ਇੰਗਲੈਂਡ ਦੇ ਲਗਭਗ 5400 ਕਿਲੋਮੀਟਰ ਹੋਰ ਨਜ਼ਦੀਕ ਆ ਗਿਆ। ਅਰਥਾਤ ਕਿ ਜਿਹੜਾ ਫਾਸਲਾ ਸੀ ਬੇਟਾ ਇਹ 5400 ਕਿਲੋਮੀਟਰ ਘੱਟ ਗਿਆ, ਵੀ ਕਿੱਥੇ ਤਾਂ ਇਹਨਾਂ ਨੇ ਇਹ ਸਾਰਾ ਪਾਰ ਕਰਕੇ ਅਤੇ ਫਿਰ ਬੇਟਾ ਸਮਾਨ ਪਹੁੰਚਦਾ ਸੀ, ਪਰ ਹੁਣ ਸਵੇਜ਼ ਨਹਿਰ ਦੀ ਰਾਹੀਂ ਇਹ ਭਾਰਤ ਵਿੱਚ ਹੋਰ ਜਲਦੀ ਬੇਟਾ ਸਮਾਨ ਆਉਣ ਲੱਗ ਗਿਆ। ਅਤੇ ਚਲੋ ਆਓ ਤੁਹਾਨੂੰ ਮੈਂ ਦਿਖਾਉਣਾ ਬੇਟਾ ਸਵੇਜ਼ ਨਹਿਰ, ਤੁਹਾਨੂੰ ਮੈਂ ਲੈ ਚੱਲਦਾ ਇਹਦੇ ਉੱਪਰ। ਬੇਟਾ ਦੇਖੋ ਇਹ ਆਪਣਾ ਜੋ ਹੈ ਇਹ ਲਾਲ ਸਾਗਰ ਹੈ ਔਰ ਇਹ ਭੂਮੱਧ ਸਾਗਰ, ਅਤੇ ਵਿੱਚ ਜਿਹੜੀ ਹੈ ਇਹ ਆਪਣੀ ਆ ਲਿਖਿਆ ਹੋਇਆ ਨਾ ਗਲਫ ਆਫ ਸਵੇਜ਼, ਸਵੇਜ਼ ਨਹਿਰ ਦੇਖੋ ਤੁਹਾਨੂੰ ਮੈਂ ਦਿਖਾਉਂਦਾ ਬੇਟਾ ਇੱਥੋਂ ਤੱਕ ਹੈ। ਇੱਥੋਂ ਦੇਖੋ ਇਹਨਾਂ ਨੇ ਪੱਟਣਾ ਸ਼ੁਰੂ ਕੀਤਾ, ਆਹ ਦੇਖੋ ਮੈਂ ਬਿਲਕੁਲ ਜਿਹੜਾ ਹੈ ਕੋਸ਼ਿਸ਼ ਕਰਦਾ ਉਹਦੇ ਵਿੱਚ ਬੇਟਾ ਤੁਹਾਨੂੰ ਮੈਂ ਲੈ ਜਾਵਾਂ। ਆਹ ਦੇਖੋ ਆਹ ਦੇਖੋ ਇਹ ਜਿਹੜਾ ਬੇਟਾ ਰਸਤਾ ਹੈ ਇਹ ਇਹ ਸਵੇਜ਼ ਨਹਿਰ ਹੈ ਆਹ ਵਾਲਾ। ਆਹ ਦੇਖੋ ਇੱਥੋਂ ਜਿਹੜੇ ਨੇ ਜਹਾਜ਼ ਬੜੀ ਆਸਾਨੀ ਦੇ ਨਾਲ ਜੋ ਹੈ ਯੂਰਪ ਤੋਂ ਭਾਰਤ ਵੱਲ ਆ ਜਾ ਸਕਦੇ ਨੇ। ਇੱਥੇ ਆਪਾਂ ਦੇਖਦੇ ਹਾਂ ਸ਼ਾਇਦ ਕੋਈ ਨਾ ਕੋਈ ਜਹਾਜ਼ ਵਿੱਚ ਆਪਾਂ ਨੂੰ ਨਜ਼ਰ ਵੀ ਆ ਜਾਏਗਾ। ਹਾਂ ਆ ਆ ਆਹ ਦੇਖੋ ਬੇਟਾ ਆਹ ਵਿੱਚ ਹੈ ਨਾ ਇਹ, ਆਹ ਦੇਖੋ ਆਹ ਦੇਖੋ ਆਹ ਕਿਵੇਂ ਜੋ ਹੈ ਸਮਾਨ ਲੈ ਕੇ ਬੇਟਾ ਜਾ ਰਹੇ ਨੇ, ਔਰ ਇਹ ਆਉਂਦੇ ਕਿੱਥੋਂ ਪਏ ਨੇ ਆਹ ਦੇਖੋ ਜਿਹੜਾ ਹੈ ਭੂਮੱਧ ਸਾਗਰ ਤੋਂ ਇਹਨਾਂ ਨੇ ਐਂਟਰੀ ਕਰਨੀ ਹੈ ਅਤੇ ਸਵੇਜ਼ ਨਹਿਰ ਦੇ ਰਾਹੀਂ ਹੁੰਦੇ ਹੋਏ
ਇਹ ਆਪਣਾ ਆਪ ਉਮਨ ਸਾਗਰ ਬੇਟਾ ਔਰ ਇੱਥੋਂ ਜੋ ਹੈ ਇਹ ਆ ਜਾਂਦੇ ਨੇ। ਠੀਕ ਹੈ, ਆਹ ਦੇਖੋ ਇੱਕ ਵਾਰੀ ਫਿਰ ਆਹ ਹੋਰ ਵੀ ਆਹ ਜਹਾਜ਼ ਨਜ਼ਰ ਆ ਰਹੇ ਨੇ। ਆਹ ਦੇਖੋ ਜਿਹੜੇ ਸਮੁੰਦਰੀ ਬੇੜੇ ਹੈ ਬੇਟਾ, ਸਮਾਨ ਵਾਹਕ ਜਿਹੜੇ ਜਾਂਦੇ ਨੇ। ਆਹ ਦੇਖੋ ਇੱਕ ਆ ਰਿਹਾ, ਆਹ ਦੇਖੋ ਅਤੇ ਆਹ ਹੈ ਬੇਟਾ ਆਪਣੀ ਸਵੇਜ ਨਹਿਰ। ਅਤੇ ਉਮੀਦ ਹੈ ਬੇਟਾ ਹੁਣ ਤੁਹਾਨੂੰ ਇਹ ਸਮਝ ਆ ਗਈ ਹੋਵੇਗੀ ਗੱਲ ਕਿ ਜੋ ਸਵੇਜ ਨਹਿਰ ਹੈ ਇਹ ਭੂਮਧ ਸਾਗਰ ਅਤੇ ਰੋਮ ਸਾਗਰ ਦੋਨਾਂ ਸਾਗਰਾਂ ਨੂੰ ਆਪਸ ਵਿੱਚ ਮਿਲਾਉਂਦੀ ਹੈ ਔਰ ਇਹਦੇ ਕਰਕੇ ਯੂਰਪ ਨੂੰ ਭਾਰਤ ਦੇ ਨਾਲ ਵਪਾਰ ਕਰਨਾ ਆਸਾਨ ਹੋ ਗਿਆ। ਇੱਕ ਤੁਹਾਨੂੰ ਹੋਰ ਹੈ ਬੇਟਾ, ਤੁਹਾਡੇ ਲੈਸਨ ਦੇ ਵਿੱਚ ਜ਼ਿਕਰ ਆਇਆ ਹੈ ਪਨਾਮਾ ਨਹਿਰ ਦਾ, ਤੁਹਾਨੂੰ ਮੈਂ ਉਹ ਵੀ ਦਿਖਾਉਣਾ ਬੇਟਾ। ਜੋ ਪਨਾਮਾ ਨਹਿਰ ਹੈ ਇਹ ਸਾਡੇ ਜੋ ਹੈ ਅੰਧ ਮਹਾਸਾਗਰ ਔਰ ਪ੍ਰਸ਼ਾਂਤ ਮਹਾਸਾਗਰ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੀ ਹੈ ਬੇਟਾ। ਆਹ ਆਪਣਾ ਦੱਖਣੀ ਅਫਰੀਕਾ ਮਹਾਂਦੀਪ ਹੈ, ਸੋਰੀ ਦੱਖਣੀ ਅਮਰੀਕਾ ਮਹਾਂਦੀਪ ਹੈ ਬੇਟਾ, ਅਤੇ ਇਹ ਉੱਤਰੀ ਅਮਰੀਕਾ ਮਹਾਂਦੀਪ ਹੈ ਔਰ ਇਹ ਆਪਣਾ ਅੰਧ ਮਹਾਸਾਗਰ ਹੈ ਔਰ ਇਹ ਪ੍ਰਸ਼ਾਂਤ ਮਹਾਸਾਗਰ ਹੈ ਔਰ ਇਹਨਾਂ ਨੂੰ ਜੋ ਹੈ ਮਿਲਾਉਣ ਵਾਲੀ ਨਹਿਰ ਬੇਟਾ ਪਨਾਮਾ ਇੱਥੇ ਹੈ ਕੋਸਟਰੀਕਾ। ਆਹ ਦੇਖੋ ਪਨਾਮਾ ਬੇਟਾ, ਆਹ ਪਨਾਮਾ ਦੇਖ ਰਹੇ ਹੋ ਨਾ, ਹਾਂਜੀ ਆਹ ਦੇਖੋ, ਮਤਲਬ ਜੋ ਪਨਾਮਾ ਹੈ ਇਹ ਅੰਧ ਮਹਾਸਾਗਰ ਔਰ ਪ੍ਰਸ਼ਾਂਤ ਮਹਾਸਾਗਰ ਨੂੰ ਆਪਸ ਦੇ ਵਿੱਚ ਮਿਲਾਉਂਦੀ ਹੈ। ਪਰ ਇਹ ਜੋ ਹੈ ਬੇਟਾ ਜਿਹੜੀ ਨਹਿਰ ਹੈ ਇਹ ਨੈਚੁਰਲ ਹੈ, ਇਹ ਕੁਦਰਤ ਵੱਲੋਂ ਹੈ, ਇਹ ਕੁਦਰਤੀ ਹੈ ਔਰ ਉਹ ਜੋ ਸਵੇਜ ਨਹਿਰ ਹੈ ਇਹ ਮਨੁੱਖੀ ਹੈ ਬੇਟਾ, ਉਹ ਮਨੁੱਖ ਦੁਆਰਾ ਬਣਾਈ ਗਈ ਹੈ। ਸੋ ਉਮੀਦ ਹੈ ਕਿ ਬੇਟਾ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਏਗੀ। ਇੱਕ ਵਾਰ ਮੈਂ ਫਿਰ ਦੱਸ ਦਿਆਂ, ਪਨਾਮਾ ਨਹਿਰ ਜੋ ਹੈ ਅੰਧ ਮਹਾਸਾਗਰ ਔਰ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਨੂੰ ਆਪਸ ਜੋੜਦੀ ਹੈ ਔਰ ਇਹ ਕੁਦਰਤੀ ਨਹਿਰ ਹੈ ਬੇਟਾ, ਜਦਕਿ ਜੋ ਸਵੇਜ ਨਹਿਰ ਹੈ ਇਹ ਭੂਮਧ ਸਾਗਰ ਅਤੇ ਲਾਲ ਸਾਗਰ ਨੂੰ ਆਪਸ ਵਿੱਚ ਮਿਲਾਉਂਦੀ ਹੈ ਔਰ ਇਹ ਮਨੁੱਖ ਦੁਆਰਾ ਬਣਾਈ ਗਈ ਹੈ ਔਰ ਇਸ ਦੇ ਨਾਲ ਜੋ ਹੈ ਯੂਰਪ ਨੂੰ ਭਾਰਤ ਦੇ ਨਾਲ ਵਪਾਰ ਕਰਨਾ ਹੋਰ ਵੀ ਆਸਾਨ ਹੋ ਗਿਆ। ਅਤੇ ਅੱਜ ਬੇਟਾ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ, ਕਿਉਂਕਿ ਸਮਾਂ ਹੋ ਰਿਹਾ ਹੈ ਅਤੇ ਅਗਲੇ ਲੈਸਨ ਦੇ ਵਿੱਚ ਹੋਰ ਨਵੀਂ ਜਾਣਕਾਰੀ ਤੁਹਾਡੇ ਵਾਸਤੇ ਜਲਦ ਹੀ ਲੈ ਕੇ ਮੈਂ ਹਾਜ਼ਰ ਹੋਊਂਗਾ ਅਤੇ ਤੁਸੀਂ ਸਾਰੇ ਬੱਚੇ ਬੇਟਾ ਆਪਣਾ ਜਿਹੜਾ ਇਹ ਕੰਮ ਹੈ ਕੋਪੀਆਂ 'ਤੇ ਕਰਦੇ ਰਹਿਣਾ ਔਰ ਇਹਦਾ ਕੰਮ ਕਰਕੇ ਆਪਣੇ ਆਪਣੇ ਅਧਿਆਪਕ ਸਾਹਿਬਾਨ ਨੂੰ